ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਹਮਣੇ ਹੀ ਆਪਾਂ ਨੇ ਨਵਾਂ ਲਿਫਟ ਵਾਲਾ ਪੀਟਰ ਜਿਹੜਾ ਉਹ ਤਿਆਰ ਕਰ ਲਿਆ ਗਾ। ਆਪਾਂ ਇਹਨੂੰ ਥੋੜ੍ਹੇ ਟਾਈਮ 'ਚ ਜਿਹੜਾ ਉਹ ਰਵਾਨਾ ਕਰਨ ਲੱਗਾਂਗੇ। ਤੁਹਾਡੀ ਬਾਈਆਂ ਨਾਲ ਹੀ ਗੱਲ ਕਰਾਵਾਂਗੇ ਵੀ ਇਹ ਆਪਾਂ ਗੱਡੀ ਕਿੱਥੇ ਭੇਜ ਰਹੇ ਹਾਂ। ਹਾਂਜੀ ਰਾਮ ਰਾਮ ਜੀ, ਕੈਸੇ ਹੋ? ਗਾਡੀ ਕੰਪਲੀਟ ਹੋ ਗਈ ਆਪਕੀ? ਤੋ ਐਡਰੈਸ ਬਤਾ ਦੀਏ, ਆਪ ਕਹਾਂ ਸੇ ਆਏ ਹੋ? ਕਹਾਂ ਸੇ? ਅੱਛਾ, ਤੋ ਆਪ MP ਸੇ ਹੋ? ਤੋ MP ਸੇ ਆਪ ਜਹਾਂ ਤੱਕ ਕੈਸੇ ਪਹੁੰਚੇ? ਟ੍ਰੇਨ ਸੇ ਸਫ਼ਰ ਕਰਕੇ ਆਏ ਹੈਂ। ਠੀਕ, YouTube ਪੇ ਦੇਖਾ ਥਾ ਇਸਕੋ ਹਮਨੇ। ठीक है, तो आपने हमारे जुगाड़ को सबसे पहले YouTube पे देखा था, तो आपको मन हुआ आपका भी हमने ये गाड़ी करवानी है। ठीक है, तो एड्रेस पास वाले गांव में भी देखी थी, जो लेके गया है वो भैया हमारे यहाँ से, आपके यहाँ से लेके गया है। ठीक है, पास वाले गांव से हमने उससे पूछताछ करी और हम उसके जरिए आए, उससे आपका YouTube एड्रेस लिया, एड्रेस लिया उसका, उससे और फिर देखा फिर आए। ठीक है, तो गाड़ी कैसी लगी आपको? बढ़िया, अच्छी लगी। ਸਾਰੀ ਗੱਡੀ ਦਿਖਾ ਦਿੰਦੇ ਆ, ਗੱਡੀ ਦਾ ਕੰਮ ਆ ਜਿਹੜਾ ਉਹ ਕਿਸ ਤਰ੍ਹਾਂ ਕੀਤਾ ਹੋਇਆ ਸਾਰਾ, ਤੇ ਅੱਗੇ ਤੋਂ ਸਾਰਾ ਝਾਲਰ ਆ ਗਈ, ਤੇ ਬਾਈਆਂ ਨੇ ਜਿਹੜੀ ਪਾਠ ਪੂਜਾ ਜਿਹੜੀ ਉਹ ਕਰਦੇ ਨੇ ਆਪਦੇ ਰੀਤੀ ਰਿਵਾਜ ਦੇ ਅਨੁਸਾਰ, ਉਹ ਜਿਹੜਾ ਸਾਰਾ ਕੁਛ ਕਰ ਲਿਆ ਹੈਗਾ, ਵਧੀਆ ਬਾਈਆਂ ਨੇ ਹਾਰ ਪਾ ਰੱਖਿਆ ਹੈਗਾ, ਅਤੇ ਇਹਨੂੰ ਆਪਾਂ ਥੋੜ੍ਹੇ ਜਿਹੇ ਟਾਈਮ 'ਚ MP ਨੂੰ ਰਵਾਨਾ ਕਰਨ ਲੱਗਿਆ ਜੀ। ਅਤੇ ਲਓ ਜੀ, ਇਹ ਗੱਡੀ ਦੇ ਵਿੱਚ ਆਪਣਾ ਉਹੀ ਆ ਜਿਹੜਾ ਸਪੈਸ਼ਲ ਹੁੰਦਾ ਗਾ, ਮਹਿੰਦਰਾ ਦਾ 3 ਸਿਲੰਡਰ DI ਇੰਜਣ ਹੈਗਾ, ਬਲੈਰੋ ਪੀਕਅਪ ਦੀ ਇਹਦੇ ਵਿੱਚ ਜਿਹੜੀ ਉਹ ਚਾਸੀ ਆਪਾਂ ਨੇ ਲਾਈ ਹੈਗੀ, ਅਤੇ ਬਲੈਰੋ ਪੀਕਅਪ ਦੀ ਇਹਦੇ ਵਿੱਚ ਗੇਅਰ ਹੈਗਾ, ਅਤੇ ਬਾਕੀ ਜਿਹੜਾ ਲਾਈਟਾਂ ਦਾ ਕੰਮ ਹੋ ਗਿਆ, ਹਾਰਨ, ਐਂਟੀਗੇਟਰ, ਸ਼ੀਸ਼ੇ ਅਤੇ ਸੀਟਾਂ ਉੱਤੇ ਕਵਰ, ਇਹ ਸਾਰਾ ਦਾ ਸਾਰਾ ਇਹਦਾ ਕੰਮ ਆ ਜਿਹੜਾ ਉਹ ਕੰਪਲੀਟ ਹੈਗਾ। ਅਤੇ ਇੱਧਰ ਤੋਂ ਤੁਹਾਨੂੰ ਸਾਰੀ ਗੱਡੀ ਦਿਖਾ ਦਿੰਦੇ ਜੀ ਇੱਕ ਵਾਰ ਫਿਰ ਤੋਂ। ਅਤੇ ਟਾਇਰ ਨੇ ਇਹਦੇ ਵਿੱਚ ਜਿਹੜੇ ਉਹ ਨਵੇਂ ਨੇ MRF ਦੇ, ਇਹ ਵੀ ਤੁਸੀਂ ਦੇਖ ਸਕਦੇ ਹੋ। ਅਤੇ ਇੱਧਰ ਦੀ ਦੇਖੋ ਸਾਰਾ ਕੁਛ, ਇਹਦੇ ਵਿੱਚ ਰੇਡੀਏਟਰ ਹੋਊਗਾ ਜਿਹੜਾ ਵਾਟਰ ਬਾਡੀ ਹੋਊਗੀ, ਇਹਦਾ ਸਾਰਾ ਦਾ ਸਾਰਾ ਸਮਾਨ ਆ ਜਿਹੜਾ ਉਹ ਨਵਾਂ ਗਾ, ਅਤੇ ਤੁਸੀਂ ਦੇਖ ਸਕਦੇ ਹੋ ਸੈਲਫ ਸਟਾਰਟ ਹੁੰਦਾ ਇਹ, ਚੌਥਾ ਟਾਪ, ਪੰਜਵਾਂ ਬੈਕ, ਇਹਦੇ ਵਿੱਚ ਉਹ ਗੇਅਰ ਬਕਸਾ ਹੁੰਦਾ, ਇਹ ਤੁਸੀਂ ਦੇਖ ਸਕਦੇ ਹੋ। ਅਤੇ ਇੱਧਰ ਆਪਣਾ ਕੰਟੈਕਟ ਨੰਬਰ ਆ ਗਿਆ ਜੀ, ਮਿਸਤਰੀ ਸ਼ੇਰ ਸਿੰਘ ਸ਼ੇਰੋਂਵਾਲਾ, 9964426512, ਇਹ ਨੰਬਰ 'ਤੇ ਆਪਣਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਅਤੇ ਲਓ ਜੀ, ਇੱਧਰ ਆ ਗਿਆ ਜੀ ਹਾਈਡਰੋਲਿਕ ਪੰਪ ਵਾਲਾ ਤੇਲ, ਜਿਹੜਾ ਆਪਣਾ ਇਹ ਡਰਾਈਵਰ ਸਾਈਡ ਦੇ ਨਾਲ ਹੀ ਹੁੰਦਾ ਗਾ, ਤਾਂ ਕਿ ਇੱਥੇ ਲੀਵਰ, ਇੱਧਰ ਵੀ ਤੁਹਾਨੂੰ ਲੀਵਰ ਦਿਖਾ ਸਕਦੇ ਹਾਂ, ਇਹ ਲੀਵਰ ਆ ਗਿਆ ਜੀ, ਤਾਂ ਕਿ ਇੱਧਰ ਦੀ ਆਸਾਨੀ ਵਾਲੇ ਦੇ ਉੱਤੇ ਹੱਥ ਪਾਇਆ ਜਾ ਸਕੇ, ਇਹ ਤੁਸੀਂ ਦੇਖ ਸਕਦੇ ਹੋ। ਅਤੇ ਬਾਡੀ ਆ ਜਿਹੜੀ ਇਹਦੀ ਉਹ ਸਾਰੀ ਲੋਹੇ ਦੀ ਹੈਗੀ, 12 ਗੇਜ ਦੇ ਵਿੱਚ ਸਾਰੀ ਜਿਹੜੀ ਚਾਦਰ ਲੱਗੀ ਹੋਈ ਆ। ਬਾਡੀ ਦੀ ਲੰਬਾਈ ਆ ਜਿਹੜੀ ਉਹ 8 ਫੁੱਟ ਦੀ ਲੰਬਾਈ ਹੈਗੀ, 5 ਫੁੱਟ ਦੀ ਚੌੜਾਈ ਆ, ਅਤੇ 2 ਫੁੱਟ ਦੀ ਇਹਦੀ ਉੱਚਾਈ ਹੈਗੀ, ਇਹ ਤੁਸੀਂ ਦੇਖ ਸਕਦੇ ਹੋ। ਗਰਦ ਖੋਰੇ ਨੇ ਇਹਦੇ ਜਿਹੜੇ ਦੋਨਾਂ ਸਾਈਡ ਲੱਗੇ ਹੋਏ ਨੇ, ਤਾਂ ਜੋ ਇਹ ਲਿਬੜ ਨਾ ਸਕੇ ਨੀਚੇ ਤੋਂ, ਇਹ ਤੁਸੀਂ ਦੇਖ ਸਕਦੇ ਹੋ। ਚਾਸੀ ਇਹਦੇ 'ਤੇ ਆਪਾਂ ਨੇ ਬਾਹਰ ਪਟਿਆਲੀ ਲਾਈ, ਪਟਿਆ ਦੀ ਗਿਣਤੀ ਹੈ ਜਿਹੜੀ ਉਹ 10 ਤੋਂ 12 ਦੇ ਲਵੇਗੀ, ਇਹ ਵੀ ਤੁਸੀਂ ਦੇਖ ਸਕਦੇ ਹੋ। ਅਤੇ ਪਿਛਲੇ ਟਾਇਰ ਵੀ ਇਹਦੇ ਜਿਹੜੇ ਚਾਰੇ ਟਾਇਰ ਨੇ ਜਿਹੜੇ ਉਹ ਨਵੇਂ ਨੇ, ਇਹ ਵੀ ਤੁਸੀਂ ਦੇਖ ਸਕਦੇ ਹੋ। ਅਤੇ ਨੀਚੋਂ ਦੀ ਪੰਪ ਵੀ ਦੇਖ ਸਕਦੇ ਹੋ ਤੁਸੀਂ ਜੀ, ਆਪਣਾ ਬਿੰਨ ਵਾਲੀ HGS ਦਾ ਜਿਹੜਾ ਉਹ ਵਧੀਆ ਕੰਪਨੀ ਦਾ ਚੈੱਕ, ਇਹ ਤੁਸੀਂ ਦੇਖ ਸਕਦੇ ਹੋ। ਅਤੇ ਪਿਛਲੀ ਸਾਈਡ ਤੋਂ ਆਪਣਾ ਡਾਲਾ ਜੀ, ਇਹ ਡਾਲੇ ਉੱਤੇ ਆਪਣਾ ਸਾਰਾ ਕੰਪਲੀਟ ਆ ਜਿਹੜਾ ਉਹ ਐਡਰੈਸ ਦਿੱਤਾ ਹੋਇਆ, ਆਪਣੀ ਵਰਕ ਸ਼ਾਪ ਦਾ ਨਾਮ ਆ ਗਿਆ ਜੀ, ਬਿਸ਼ਪ ਕਰਮਾ ਐਗਰੀਕਲਚਰ ਵਰਕ, ਸੁਨਾਮ ਰੋਡ, ਪਿੰਡ ਸ਼ੇਰੋਂ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ, ਸਟੇਟ ਪੰਜਾਬ। ਅਤੇ ਆਪਣਾ ਨੰਬਰ ਆ ਗਿਆ ਜੀ ਇੱਕ ਵਾਰ,
ਇੱਧਰ ਆਪਣਾ ਯੂਟਿਊਬ ਚੈਨਲ ਆ, ਇਹ ਚੈਨਲ 'ਤੇ ਜਾ ਕੇ ਤੁਸੀਂ ਜਾਈਏ ਸਾਡੀਆਂ ਹੋਰ ਵੀਡੀਓ ਨੇ, ਪੁਰਾਣੀਆਂ ਵੀਡੀਓ ਦੇਖ ਸਕਦੇ ਹੋ, ਅਤੇ ਇੱਧਰ ਦੀ ਵੀ ਦੇਖੋ, ਸਾਰਾ ਦਾ ਸਾਰਾ ਜਿਹੜਾ ਉਵੇਂ ਦਾ ਉਵੇਂ ਆ ਗਿਆ ਦੇਖ ਸਕਦੇ ਹੋ। ਬਾਈ ਇਹਨੂੰ ਸਟਿਪਣੀਆਂ ਜਿਹੜੀ ਉਹ ਐਕਸਟਰਾ ਦੇ ਦਿੱਤੀ ਆ, ਉਹ ਆਪਾਂ ਨੇ ਇਹਦੇ ਵਿੱਚ ਰੱਖ ਲਈ। ਅਤੇ ਲਓ ਜੀ ਇਹ ਹੈਗਾ ਡੀਜ਼ਲ ਟੈਂਕ, ਇਹ 50 ਲੀਟਰ ਤੱਕ ਦਾ ਹੁੰਦਾ, 50 ਲੀਟਰ ਤੱਕ ਇਹਦੇ ਵਿੱਚ ਆਪਾਂ ਡੀਜ਼ਲ ਪਾ ਸਕਦੇ ਹਾਂ। ਅਤੇ ਇੱਧਰਲੀ ਸਾਈਡ ਹੈਗਾ ਬੈਂਟਰੀ ਬਾਕਸ, ਬੈਂਟਰੀ ਬਾਕਸ ਆਪਣਾ ਉਵੇਂ ਦਾ ਉਵੇਂ ਜਿਹੜਾ ਉਹ ਕੰਪਲੀਟ ਕਰਕੇ ਢੱਕਿਆ ਹੋਇਆ, ਇਹ ਤੁਸੀਂ ਦੇਖ ਸਕਦੇ ਹੋ ਲਓ। ਅਤੇ ਸੁੱਕਾ ਇਹਦੇ ਵਿੱਚ ਏਅਰ ਕਲੀਨਰ ਲਓ। ਹੈਲੋ ਲਓ ਜੀ ਦੋਸਤੋ, ਆਪਾਂ ਗੱਡੀ ਨੂੰ ਸਟਾਰਟ ਕਰ ਦਿੱਤਾ ਗਾ ਅਤੇ ਪਾ ਲਿਆ ਗੇਅਰ, ਅਤੇ ਹੁਣ ਇਹਨੇ ਗੱਡੀ ਨੇ ਸਿੱਧਾ ਜਾ ਕੇ ਰੁਕਣਾ ਗਾ ਐਮ ਪੀ ਰਤਲਾਮ ਲਓ ਜੀ। ਜੇਕਰ ਆਪਣੇ ਦੁਆਰਾ ਕੀਤਾ ਕੰਮ ਵਧੀਆ ਲੱਗਿਆ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਵੀਡੀਓ ਨੂੰ ਲਾਈਕ ਕਰ ਦੇਣਾ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਓਕੇ, ਧੰਨਵਾਦ।